ਚੋਰਾਂ ਦੇ ਵੱਲੋਂ ਇੱਕੋ ਰਾਤ ਨੂੰ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਮੋਬਾਈਲ ਫੋਨ ਦੀ ਦੁਕਾਨ ਦੇ ਉੱਤੇ ਮੋਬਾਈਲ ਅਤੇ ਨਾਲ ਹੀ ਇੱਕ ਡੈਰੀ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਇਸ ਤੋਂ ਇਲਾਵਾ ਇੱਕ ਹੋਰ ਨਾਲ ਲੱਗਦੀ ਦੁਕਾਨ ਦੇ ਵਿੱਚ ਵੀ ਚੋਰਾਂ ਨੇ ਹੱਥ ਸਾਫ਼ ਕੀਤਾ। ਦਰਅਸਲ ਕਿਹਾ ਜਾ ਰਿਹਾ ਕਿ ਚੋਰਾਂ ਦੇ ਵੱਲੋਂ ਕੰਧ ਦੇ ਵਿੱਚ ਪਹਿਲਾਂ ਪਾੜ ਲਗਾਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੋਬਾਈਲ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਚੌਥੀ ਵਾਰ ਨਿਸ਼ਾਨਾ ਬਣਾਇਆ ਗਿਆ ਅਤੇ ਨਾਲ ਹੀ ਦੋ ਦੁਕਾਨਾਂ ਦੇ ਵਿੱਚ ਵੀ ਉਹਨਾਂ ਨੇ ਹੱਥ ਸਾਫ਼ ਕਰ ਦਿੱਤਾ। ਤਾਂ ਖਬਰ ਸਮਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਤਿੰਨ ਦੁਕਾਨਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਦੇ ਕਿ ਦੁਕਾਨ ਮਾਲਕਾਂ ਨੂੰ ਪਤਾ ਉਸ ਸਮੇਂ ਲੱਗਿਆ ਜਦੋਂ ਇੱਕ ਵਿਅਕਤੀ ਨੇ ਇਹਨਾਂ ਨੂੰ ਸੂਚਨਾ ਦਿੱਤੀ ਕਿ ਉਹਨਾਂ ਦੀ ਦੁਕਾਨ ਦੇ ਜਿੰਦੇ ਟੁੱਟੇ ਹੋਏ ਨੇ। ਜਿਸ ਤੋਂ ਬਾਅਦ ਉਹ ਜਦੋਂ ਮੌਕੇ ਦੇ ਉੱਤੇ ਪਹੁੰਚੇ ਤਾਂ ਅੰਦਰ ਦੀਆਂ ਤਸਵੀਰਾਂ ਦੇਖ ਕੇ ਇੱਕ ਵਾਰ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ, ਕਿਉਂਕਿ ਕੰਧ ਦੇ ਵਿੱਚ ਪਾੜ ਲਾਇਆ ਹੋਇਆ ਸੀ ਅਤੇ ਇਸ ਦੇ ਨਾਲ ਹੀ ਮੋਬਾਈਲ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਚੌਥੀ ਵਾਰ ਨਿਸ਼ਾਨਾ ਬਣਾਇਆ ਗਿਆ ਸੀ। ਕਿੱਥੇ ਦੁਕਾਨ ਹੈ, ਡੇਰੀ ਤੁਹਾਡੀ ਕਿੱਥੇ ਹੈ? ਇਹ ਕਲਾਰਾਂ ਚੌਂਕ 'ਚ ਪੈਂਦੀ ਹੈ ਜੀ। ਅੱਛਾ, ਪੰਜਰ ਅੱਧੇ ਪੈਟਰੋਲ ਪੰਪ ਦੇ ਸਾਹਮਣੇ ਜੀ। ਅਤੇ ਤੁਸੀਂ ਕਿੰਨੇ ਵਜੇ ਦੁਕਾਨ ਖੋਲੀ? ਦੁਕਾਨ 6:30 ਵਜੇ ਖੋਲੀ ਹੈ ਜੀ। 6:30 ਖੋਲੀ, ਕੀ ਦੇਖਿਆ ਆ ਕੇ? ਆ ਕੇ ਬਸ ਸ਼ਟਰ ਸਾਰੇ ਠੀਕ ਤੀ ਜੀ, ਪਿੱਛੋਂ ਪੰਨੀ ਵੀ ਹੈ ਜੀ। ਅੱਛਾ, ਪਿੱਛੇ ਉਹ ਲਾਈ ਹੋਈ ਤੀ ਪੱਖੀ ਆਪਣੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ 3500 ਰੁਪਈਆ ਪਿਆ ਤੀ ਜੀ, ਉਹ ਲੈ ਗਏ ਜੀ। ਅੱਛਾ, ਖੁੱਲ੍ਹੇ ਪੈਸੇ ਲੈ ਗਏ ਨੇ, ਹੋਰ ਕੁਛ ਨਹੀਂ ਛੇੜਿਆ ਜੀ। ਹਾਂ ਜੀ। ਔਰ ਇੱਥੇ ਔਰ ਵੀ ਇਸ ਦੁਕਾਨ 'ਚ ਹੋਈ ਹੈ? ਹੋਰ ਆ, ਡਾਕਟਰ ਵਾਲੀ ਭੰਨੀ ਹੋਈ ਹੈ ਜੀ ਪਿੱਛੋਂ। ਅੱਛਾ, ਸਾਹਮਣੇ ਹੋਈ ਆ ਨਾਲ ਜੀ, ਇੱਕੋ ਲਾਡੀ ਦੀ ਚੋਰੀ ਹੋਈ ਹੈ ਜੀ, ਉਹਦਾ ਤਾਂ ਨੁਕਸਾਨ ਵੀ ਬਹੁਤ ਹੋ ਗਿਆ ਜੀ। ਉਸਕੀ ਚੌਥੀ ਚੋਰੀ ਹੈ? ਹਾਂ ਜੀ ਹਾਂ। ਸਮਾਣਾ ਦੇ ਕਲਾਰਾ ਮੋੜ 'ਤੇ ਤੁਹਾਨੂੰ ਦਿਖਾਉਣ ਜਾ ਰਹੇ ਦੁਕਾਨ ਜਿੱਥੇ ਚੌਥੀ ਵਾਰ ਚੋਰੀ ਦੀ ਵਾਰਦਾਤ ਹੋਈ ਹੈ। ਮੋਬਾਈਲ ਮਕੈਨਿਕ ਹੈ ਔਰ ਮੋਬਾਈਲ ਦਾ ਕੰਮ ਕਰਦਾ ਇਸ ਨੌਜਵਾਨ ਨਾਲ ਗੱਲਬਾਤ ਕਰਦਾ ਵੀ ਇੰਨੀ ਵਾਰਦਾਤਾਂ ਇਸ ਇਲਾਕੇ 'ਚ ਕਲਾਰਾ ਮੋੜ ਜਿਹੜਾ ਹੈ ਇੱਥੇ ਹੋਈ ਹੈ। ਕੈਮੀ ਚੋਰੀ, ਕੀ ਨਾਮ ਹੈ ਤੁਹਾਡਾ ਜੀ? ਦਾ ਨਾਮ ਲਾਡੀ ਹੈ ਜੀ। ਲਾਡੀ ਜੀ, ਕੈਮੀ ਕਰ ਰਹੇ ਤੁਹਾਡੇ ਨਾਲ? ਇਹ ਚੌਥੀ ਘਟਨਾ ਜੀ, ਪਹਿਲਾਂ ਵੀ 3 ਵਾਰ ਪਿੱਛੋਂ ਦੀ ਹੋਈ ਆ ਅਤੇ ਚੌਥੀ ਵਾਰ ਹੁਣ ਵੀ ਪਿੱਛੋਂ। ਟਰੇਸ ਹੋਈਆਂ ਨੇ ਨਾ? ਪਹਿਲਾਂ 1 ਵਾਰ ਟਰੇਸ ਹੋਈ ਤਾਂ ਉਹਦਾ ਕੇਸ ਚੱਲ ਰਿਹਾ, ਹਾਲੇ ਤੱਕ ਕੁਝ ਬਣਿਆ ਨਹੀਂ। ਕੋਈ ਬਰਾਮਦ ਹੋਈ ਇਸ ਦੇ ਵਿੱਚ? ਕੁਛ ਨਹੀਂ। ਹੁਣ ਕੀ ਨੁਕਸਾਨ ਹੋਇਆ? ਹੁਣ ਕੁਛ ਫੋਨ ਚੋਰੀ ਹੋਏ ਨੇ ਜੀ, ਅਸੈਸਰੀ ਵਗੈਰਾ ਅਤੇ 4-5 ਹਜ਼ਾਰ ਰੁਪਈਆ ਦੀ ਉਹ। ਕਿੰਨੇ ਕੁ ਫੋਨ ਹੋਣੇ ਹੁੰਦਾ ਜਾਂ? ਫੋਨ 500 ਹੋਣੇ ਜੀ ਬਣਾਉਣਾ। ਅੱਛਾ, ਹੋਰ ਇਸ ਮੋੜ 'ਤੇ ਕਿਹੜੀ ਕਿਹੜੀ ਦੁਕਾਨਾਂ ਹੈ? ਇੱਕ ਡਾਕਟਰ ਦੀ ਦੁਕਾਨ 'ਤੇ ਹੋਈ ਹੈ ਜੀ, ਇੱਕ ਦੁੱਧਾਂ ਡੈਰੀ 'ਤੇ। ਡੈਰੀ 'ਤੇ ਹੋਈ ਹੈ। ਤੁਸੀਂ ਕਿੰਨੇ ਵਜੇ ਆਏ ਦੁਕਾਨ 'ਤੇ ਇੱਥੇ? ਮੈਂ 7:30 ਤਕਰੀਬਨ ਪਹੁੰਚ ਗਿਆ ਜੀ। 7:30 ਆਏ ਸੀ? ਜਿੰਦੇ ਥੋੜ੍ਹੇ ਇੱਥੇ? ਨਹੀਂ, ਜਿੰਦੇ ਨਹੀਂ, ਪਿੱਛੋਂ ਦੀ ਪਾੜ ਲਾਇਆ ਸੀ। ਪਾੜ ਲਾਇਆ ਅਤੇ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦੇ ਦਿੱਤੀ? ਪੁਲਿਸ ਕੋਲ ਜਾਣਾ ਜੀ, ਉਹਨੂੰ ਰਿਪੋਰਟ ਕਰਾ ਕੇ ਆਊਂਗਾ।